ਲੋਕ ਭਰੋਸਾ ਜਤਾਉਣਗੇ ਆਪਦੇ ਉਤੇ ਕਿ ਐਦਾਂ ਨਾ ਹੋਵੇ ਫੇਰ ਕੋਈ ਸਾਡੇ ਨਾਲ ਧੋਖਾ ਹੋ ਜੇ ਪਹਿਲਾਂ ਵੀ ਇੱਕ ਵਾਰ ਵਿਧਾਇਕ ਨੂੰ ਜਿਹੜਾ ਚੁਣਿਆ ਸੀ ਉਹ ਧੋਖਾ ਦੇ ਗਿਆ ਦੇਖੋ ਜਿਹੜੀ ਸਿੱਖਿਆ ਤੇ ਸਿਹਤ ਦੀ ਗੱਲ ਤੁਸੀਂ ਕਰਦੇ ਹੋ ਇਹ ਤਾਂ ਸਾਡਾ ਏਜੰਡਾ ਸੀ ਕਰਕੇ ਦਿਖਾਇਆ ਦਿੱਲੀ ਤੋਂ ਅਸੀਂ ਕਰਕੇ ਦਿਖਾਇਆ ਉਹਨਾਂ ਨੇ ਤਾਂ ਸਾਡਾ ਏਜੰਡਾ ਚੋਰੀ ਕਰ ਰਹੇ ਨੇ ਸਰਕਾਰਾਂ ਕਾਂਗਰਸ ਤੇ ਅਕਾਲੀਆਂ ਦੀਆਂ ਹੀ ਬਣੀਆਂ ਐ ਹੁਣ ਜੇ ਪੌਣੇ ਪੰਜ ਸਾਲ ਕੈਪਟਨ ਸਾਹਿਬ ਨੇ ਸਾਢੇ ਚਾਰ ਸਾਲ ਰਾਜ ਕਰ ਲਿਆ ਉਹ ਕਹਿੰਦੇ ਉਹਦਾ ਕੋਈ ਹਿਸਾਬ ਨਹੀਂ ਦੇਣਾ ਅਸੀਂ ਤਿੰਨ ਮਹੀਨੇ ਦਾ ਹਿਸਾਬ ਦੇਣਾ ਸਾਡੀ ਤਾਂ ਲੜਾਈ ਉਹਨਾਂ ਨਾਲ ਹੈ ਜਿਨ੍ਹਾਂ ਨੇ ਸਾਢੇ 3 ਲੱਖ ਕਰੋੜ ਦਾ ਪੰਜਾਬ ਤੇ ਕਰਜ਼ਾ ਝੜਾਤਾ ਸਾਡੀ ਤਾਂ ਲੜਾਈ ਉਹਨਾਂ ਨਾਲ ਹੈ ਜਿਹੜੇ ਸਾਡੇ ਬੱਚਿਆਂ ਨੂੰ ਬਾਹਰ ਭੇਜਣੇ ਜਿੱਥੇ ਸਾਡੀ ਜਵਾਨੀ ਬਰੇਲ ਡレイン ਹੋ ਰਹੀ ਹੈ ਉਹੋ ਜਿਹਾ ਮਾਹੌਲ ਪੈਦਾ ਕੀਤਾ ਜਿਹੜੀ ਇਹ ਸਾਰੇ ਮੰਤਰੀ ਸੀ ਸਾਰੀ ਚੋਰਾਂ ਦੀ ਬਰਾਤ ਪਹਿਲਾਂ ਨਾਲ ਲਈ ਫਿਰਦੇ ਸੀ ਇਹੀ ਚੰਨੀ ਸਾਹਿਬ ਵੀ ਮੰਤਰੀ ਸੀ ਇਹੀ ਬਾਜਵਾ ਸਾਹਿਬ ਵੀ ਮੰਤਰੀ ਸੀ ਉਦੋਂ ਇਹ ਕਿੱਥੇ ਗਏ ਸੀਗੇ ਮਤਲਬ ਜੇ ਇਹਨਾਂ ਨੇ ਦਰਸਤੀ ਕਰਨੀ ਹੁੰਦੀ ਤਾਂ ਪਹਿਲਾਂ ਕਰ ਦਿੰਦੇ ਕਾਂਗਰਸ ਦੀਆਂ ਜਿਹੜੀਆਂ ਟਿਕਟਾਂ ਨੇ ਕਿ ਉਹ ਇੱਥੇ ਅਤਲੇ ਬੈਠ ਕੇ ਬਣੀਆਂ ਜਾਂਦੀਆਂ ਨੇ ਜਾਂ ਭਿੱਖੀ ਬਣੀਆਂ ਜਾਂਦੀਆਂ ਸਾਰੇ ਜਾਣੇ ਟੈਂਡ ਜਨਪਤ ਕਿਉਂ ਜਾਂਦੇ ਆ ਇਹ ਪਾਰਟੀ ਦਾ ਕਲਚਰ ਉਸ ਤਰ੍ਹਾਂ ਦਾ ਹੈ ਨਹੀਂ ਸਾਡਾ ਤਾਂ ਸਾਰਾ ਇੱਥੋਂ ਹੀ ਹੁੰਦਾ ਤੇ ਦੋਨੋਂ ਬਦੌਰ ਕੈਂਡੀਡੇਟ ਕੀ ਨੇ ਦੇਖਦੇ ਹੋ ਔਰ ਉਸ ਤੋਂ ਪਹਿਲਾਂ ਸਿੱਧੂ ਕਿਉਂਕਿ ਜਦੋਂ ਦੋਨੋਂ ਦੇ ਮਾਨਸੇ ਤੋਂ ਹੀ ਸੀਗਾ ਤਾਂ ਲੱਗਦਾ ਸੀਗਾ ਕਿ ਨਾਮ ਰੋਸ਼ਨ ਕੀਤਾ ਹੈਗਾ ਉਹਨੇ ਪੂਰਾ ਪੰਜਾਬ ਦਾ ਪੰਜਾਬੀਆਂ ਦਾ ਮੇਰਾ ਤਾਂ ਪੇਸ਼ੈਂਟ ਰਿਹਾ ਉਹ ਮੇਰਾ 7 ਮਹੀਨੇ ਪਹਿਲਾਂ ਮੇਰੇ ਕੋਲੇ ਆ ਕੇ ਗਿਆ ਸਾਡਾ ਇਸ਼ੂ ਇਹ ਨਹੀਂ ਹੈਗਾ ਕਿ ਸਿੱਧੂ ਮੂਸੇ ਵਾਲਾ ਖੜਾ ਹੋਇਆ ਹੈ ਜਾਂ ਨਵਜੋਤ ਸਿੱਧੂ ਖੜਾ ਹੋਇਆ ਹੈ ਜਾਂ ਚੰਨੀ ਖੜਾ ਹੋਇਆ ਸਾਡਾ ਇਸ਼ੂ ਤਾਂ ਇਹ ਹੈ ਕਿ ਪੰਜਾਬ ਕਿੱਧਰ ਜਾ ਰਿਹਾ ਹੈ ਸਾਡਾ ਇਸ਼ੂ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਪੜਾਈ ਦੇ ਸਕਦੇ ਬਾਦਲ ਸਾਹਿਬ ਕਦੋਂ ਮੈਂ ਗੱਲ ਹੀ ਕੀ ਕਰਾਂ ਹਨ ਉਹਨਾਂ ਨੇ ਕਿਸੇ ਨੇ ਅਨਾਉਂਸ ਵੀ ਨਹੀਂ ਕੀਤਾ ਉਹ ਸਾਰਿਆਂ ਦੀ ਜੀਜੇ ਸਾਲਿਆਂ ਦੀ ਆਪਦੀ ਹੀ ਲੜਾਈ ਹੈ ਚੰਗਾ ਕੰਮ ਗਾਣਿਆਂ 'ਚ ਕੀਤਾ ਪਰ ਉਹਨਾਂ ਦੀ ਜਿਹੜੀ ਗਾਣਿਆਂ ਦੀ ਸ਼ਬਦਾਵਲੀ ਹੈ ਜੋ ਉਹ ਉਹਦੇ ਤੋਂ ਪ੍ਰੇਰਨਾ ਮਿਲਦੀ ਹੈ ਬੱਚੇ ਨੂੰ ਉਹ ਕੀ ਮਿਲਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਹੈ ਉਹ ਥੋੜਾ ਟ੍ਰੀਟਮੈਂਟ ਲਈ ਆਏ ਸੀ ਉਹ ਮੈਨੂੰ ਰਦਰ ਕਹਿ ਕੇ ਹੀ ਗਿਆ ਸੀ ਵੀ ਅੰਕਲ ਮੈਂ ਤੁਹਾਡੇ ਲਈ ਰੋਡ ਸ਼ੋਅ ਕਰੂੰਗਾ ਉਹ ਮੈਨੂੰ ਕਈ ਦਿਨ ਪਹਿਲਾਂ ਮਿਲਿਆ ਵੀ ਸੀ ਉਹ ਮੈਂ ਕਿਹਾ ਯਾਰ ਤੂੰ ਰੋਡ ਸ਼ੋਅ ਨਹੀਂ ਕੀਤਾ ਮੈਂ ਤੇ ਇਥੋਂ ਪੈਸੇ ਵੀ ਨਹੀਂ ਲਏ ਹੈ ਉਹ ਕਹਿੰਦਾ ਮੈਨੂੰ ਪਤਾ ਸੀ ਜੇ ਅੰਕਲ ਮਿਲਣਗੇ ਵੀ ਜਾਂ ਤਾਂ ਪੈਸੇ ਦੇ ਜਾਂ ਰੋਡ ਸ਼ੋਅ ਕਰ ਮੈਂ ਕਿਹਾ ਯਾਰ ਪੈਸੇ ਹੀ ਦੇ ਜਾ ਹੁਣ ਰੋਡ ਸ਼ੋਅ ਤਾਂ ਕੀ ਕਰਨਾ ਦਿੱਲੀ ਮਾਡਲ ਕਹਿੰਦੇ ਫੇਲ ਹੈ ਪੰਜਾਬ ਮਾਡਲ ਸਮ ਜੇ ਜੇ ਪੰਜਾਬ ਦਿੱਲੀ ਮਾਡਲ ਫੇਲ ਹੈ ਤਾਂ ਲੋਕ ਤੀਜੀ ਵਾਰ ਐਵੇਂ ਛੁੱਟ ਲਿਆ ਲੋਕਾਂ ਨੇ 17 ਚੋਂ 67 ਦੇ 62 ਸੀਟਾਂ ਐਵੇਂ ਆ ਗਈਆਂ ਕਹਿੰਦੇ ਰਿਮੋਟ ਅਜੇ ਵੀ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿੱਚ ਹੈ ਕੰਟਰੋਲ ਅਜੇ ਵੀ ਉਹੀ ਕਰ ਰਹੇ ਨੇ ਬਿਆਨਬਾਜ਼ੀਆਂ ਹੋਣ ਪ੍ਰੈਸ ਕਾਨਫਰੰਸਿਸ ਹੋਰ ਹਰ ਚੀਜ਼ ਦੇ ਵਿੱਚ ਕਹਿੰਦੇ ਇਨਵੋਲਵਮੈਂਟ ਕੇਜਰੀਵਾਲ ਦੀ ਹੈ ਭਗਵੰਤ ਨੂੰ ਵੀ ਕਹਿੰਦੇ ਜੇਕਰ ਇਹ ਅਨਾਉਂਸ ਕਰ ਦਿੱਤਾ ਤਾਂ ਖੁੱਲਾ ਖੇਡਣ ਦੋ ਨੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਚੋਣਾਂ ਦੇ ਨਤੀਜੇ ਅਜੇ ਆਉਣੇ ਨੇ ਪਰ ਮਾਨਸਾ ਦੀ ਜੇਕਰ ਗੱਲ ਕਰੀਏ ਜਿਹੜੀ ਸੈਲੀਬ੍ਰਿਟੀ ਸੀਟ ਹੈ ਉਥੋਂ ਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਡਾਕਟਰ ਵਿਜੇ ਸਿੰਘਲਾ ਨੂੰ ਪਹਿਲਾਂ ਹੀ ਲੱਡੂਆਂ ਦੇ ਨਾਲ ਤੋਲਿਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਮਾਨਸਾ ਦੇ ਵਿੱਚ ਅਸੀਂ ਮੌਜੂਦ ਆ ਤੇ ਆਮ ਆਦੀ ਪਾਰਟੀ ਦੇ ਜੋ ਕੈਂਡੀਡੇਟ ਨੇ ਡਾਕਟਰ ਵਿਜੇ ਸਿੰਘਲਾ ਉਹਨਾਂ ਨੂੰ ਪਹਿਲਾਂ ਹੀ ਲੋਕ ਲੱਡੂਆਂ ਨਾਲ ਤੋਲ ਰਹੇ ਨੇ ਕੌਨਫੀਡੈਂਸ ਮੰਗਨੀਏ ਨੂੰ ਜਾਂ ਫਿਰ ਲੱਗਦਾ ਕਿ ਵਾਕਈ ਜਿੱਤ ਹਾਸਲ ਹੋ ਰਹੀ ਹੈ ਪਹਿਲਾਂ ਹੀ ਲੱਡੂਆਂ ਨਾਲ ਤੋਲ ਰਹੇ ਹੋ ਮਨ ਹੈ ਅਜਿੱਤ ਤਾਂ ਲੋਕਾਂ ਨੇ ਦਿਵਾਉਣੀ ਆ ਜੀ ਪੰਜਾਬ ਸਾਰਾ ਬਦਲਾਵ ਵੱਲ ਵਧਿਆ ਹੋਇਆ ਜਿਸ ਤਰੀਕੇ ਨਾਲ ਲੱਡੂ ਖਾ ਲਈ ਪਹਿਲਾਂ ਜਿਸ ਤਰੀਕੇ ਨਾਲ 75 ਸਾਲਾਂ ਤੋਂ ਸਾਡੇ ਪੰਜਾਬ ਨੂੰ ਇਹਨਾਂ ਨੇ ਲੁੱਟਿਆ ਕੰਗਾਲ ਕਰਕੇ ਰੱਖਤਾ ਸਾਡੇ ਬੱਚੇ ਚੰਗੇ ਸਕੂਲਾਂ ਤੋਂ ਵਾਂਝੇ ਕਰਤੇ ਸਾਡੇ ਨੌਜਵਾਨ ਰਜਗਾਰ ਤੋਂ ਵਾਂਝੇ ਕਰਤੇ ਸਾਡੀਆਂ ਮਾਤਾਵਾਂ ਭੈਣਾਂ ਸਾਡੇ ਬਜ਼ੁਰਗ ਇਲਾਜ ਤੋਂ ਵਾਂਝੇ ਕਰਤੇ ਔਰ ਪੰਜਾਬ ਨੂੰ ਕਰਜ਼ੇ ਥੱਲੇ ਦਬਤਾਂ ਅੱਜ ਸਾਰਾ ਪੰਜਾਬ ਉਸ ਬਦਲਾਅ ਲਈ ਵੱਧ ਰਿਹਾ ਹੈ ਔਰ ਮੈਂ ਕੋਈ ਇਸ ਤੁਸੀਂ ਆਪ ਜਰਨਲਿਸਟੋਂ ਜਾ ਕੇ ਦੇਖ ਸਕਦੇ ਹੋ ਕੱਲੇ ਮਾਨਸਾ ਹੀ ਨਹੀਂ ਬਲਕਿ ਸਾਰੇ ਪੰਜਾਬ ਚ ਇੱਕ ਬਦਲਾਅ ਦੀ ਗੱਲ ਕਰਾਂ ਤੁਸੀਂ ਬਦਲਾਅ ਦੀ ਗੱਲ ਕਰ ਰਹੇ ਹੋ 2017 ਦੇ ਵਿੱਚ ਵੀ ਇਸੇ ਬਦਲਾਅ ਨੂੰ ਲੈ ਕੇ ਇੱਕ ਵੇਵ ਆਈ ਸੀਗੀ ਮਾਨਸਾ ਤੋਂ ਜਿਤ ਵੀ ਹਾਸਲ ਹੁੰਦੀ ਹੈ ਆਪ ਦੀ ਝੋਲੀ ਦੇ ਵਿੱਚ ਟਿਕਟ ਵੀ ਪੈਂਦੀ ਹੈ ਡਾਕਟਰ ਸਾਬ ਜਿਸ ਤਰੀਕੇ ਨਾਲ ਮਾਨਸਾ ਹੀ ਆਉਣੀ ਵਿੱਚ ਵਿਚਾਰੇ ਛੱਡ ਕੇ ਚਲੇ ਗਏ ਲੱਗਦਾ ਇਸ ਵਾਰ ਲੋਕ ਭਰੋਸਾ ਜਤਾਉਣਗੇ ਆਪਦੇ ਉਤੇ ਕਿ ਐਦਾਂ ਨਾ ਹੋਵੇ ਫੇਰ ਕੋਈ ਸਾਡੇ ਨਾਲ ਧੋਖਾ ਹੋ ਜੇ ਪਹਿਲਾਂ ਵੀ ਇੱਕ ਵਾਰ ਵਿਧਾਇਕ ਨੂੰ ਜਿਹੜਾ ਚੁਣਿਆ ਸੀ ਉਹ ਧੋਖਾ ਦੇ ਗਿਆ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਆਪ ਉਸ ਤੋਂ ਪਹਿਲਾਂ ਦਾ ਪਾਰਟੀ 'ਚ ਕੰਮ ਕਰ ਰਿਹਾ ਸਾਡੇ ਬਹੁਤ ਸਾਰੇ ਜਿਹੜੇ ਵਰਕਰ ਵਲੰਟੀਅਰ ਹੈ ਉਹ ਪਾਰਟੀ ਨਾਲ ਹੋਮੀ ਜੁੜੇ ਹੋਏ ਹੈ ਜੇ ਇੱਕ ਕੋਈ ਛੱਡ ਕੇ ਚਲਾ ਗਿਆ ਤਾਂ ਉਹਨਾਂ ਦੀ ਮਰਜ਼ੀ ਹੈ ਹਨਾ ਉਹਦੇ ਨਾਲ ਲੋਕਾਂ ਦਾ ਇੱਕ ਵੀ ਵਰਕਰ ਉਹਨਾਂ ਨਾਲ ਨਹੀਂ ਗਿਆ ਕੋਈ ਸਾਡੇ ਵਲੰਟੀਅਰ ਨਾਲ ਨਹੀਂ ਗਏ ਸਾਡੇ ਵਰਕਰ ਉੱਥੇ ਖੜੇ ਆ ਸਾਡੇ ਵਲੰਟੀਅਰ ਉੱਥੇ ਖੜੇ ਨੇ ਸਾਡੇ ਲੋਕ ਉੱਥੇ ਖੜੇ ਨੇ ਠੀਕ ਹੈ ਦੁੱਖ ਜ਼ਰੂਰ ਹੋਇਆ ਦੁੱਖ ਵਲੰਟੀਅਰਾਂ ਨੂੰ ਵੀ ਹੋਇਆ ਲੋਕਾਂ ਨੂੰ ਵੀ ਹੋਇਆ ਦੁੱਖ ਹੋਇਆ ਲੇਕਿਨ ਨਾਲ ਕੋਈ ਨਹੀਂ ਗਿਆ ਇਸ ਲਈ ਆਮ ਆਦੀ ਪਾਰਟੀ ਜਿੱਥੇ ਪਹਿਲਾਂ ਖੜੀ ਸੀ ਉੱਥੇ ਖੜੀ ਹੈ ਅਦਰ ਹੋਰ ਜੋਸ਼ ਨਾਲ ਤੇ ਹੋਰ ਤਾਕਤ ਨਾਲ ਅੱਜ ਉੱਭਰ ਕੇ ਆ ਰਹੀ ਹੈ ਸਾਡੇ ਹਲਕੇ ਸਿੱਕ ਨਾਲ ਮਾਨਸਾ ਦੀ ਅਸੀਂ ਗੱਲ ਕਰਦੇ ਆ ਤਾਂ ਇੱਕ ਸੈਲੀਬ੍ਰਿਟੀ ਸੀਟ ਬਣ ਗਈ ਹੈ ਤੁਹਾਡੇ ਟੱਕਰ ਦੇ ਵਿੱਚ ਸਿੱਧੂ ਮੂਸੇਵਾਲਾ ਹੈਗੇ ਨੇ ਆਲਰੇਡੀ ਪੰਜਾਬ ਦੇ ਵਿੱਚ ਆਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਰਚਿਤ ਚਿਹਰਾ ਹੈਗਾ ਹੈ ਤਾਂ ਕੀ ਸਮਝਦੇ ਹੈਗੇ ਲੋਕ ਸੈਲੀਬ੍ਰਿਟੀ ਫੇਸ ਨੂੰ ਵੋਟ ਪਾਉਣਗੇ ਕਿਉਂਕਿ ਉਹ ਕਹਿੰਦੇ ਨੇ ਕਿ ਮੈਂ ਸਿੱਖਿਆ ਔਰ ਸਿਹਤ ਮਾਡਲ ਦੇ ਉੱਤੇ ਕੰਮ ਕਰਾਉਣਾ ਹੈ ਮਾਨਸੇ ਦੇ ਵਿੱਚ ਇਸ ਕਰਕੇ ਮੈਨੂੰ ਲੋਕ ਚੁਣਨ ਕਹਿੰਦੇ ਮੈਂ ਵੀ ਇੱਕ ਆਮ ਘਰ ਤੋਂ ਆਮ ਆਦਮੀ ਹੈਗਾ ਦੇਖੋ ਜਿਹੜੀ ਸਿੱਖਿਆ ਤੇ ਸਿਹਤ ਦੀ ਗੱਲ ਤੁਸੀਂ ਕਰਦੇ ਹੋ ਇਹ ਤਾਂ ਸਾਡਾ ਏਜੰਡਾ ਸੀ ਕਰਕੇ ਦਿਖਾਇਆ ਦਿੱਲੀ ਤੋਂ ਅਸੀਂ ਕਰਕੇ ਦਿਖਾਇਆ ਉਹਨਾਂ ਨੇ ਤਾਂ ਸਾਡਾ ਏਜੰਡਾ ਚੋਰੀ ਕਰ ਰਹੇ ਨੇ ਉਹ 75 ਸਾਲਾਂ ਚ ਕਿਉਂ ਨਹੀਂ ਕਰ ਸਕੇ ਫਿਰ ਇਹ ਕੋਈ ਅੱਜ ਦੀ ਗੱਲ ਨਹੀਂ ਐ ਸਰਕਾਰਾਂ ਕਾਂਗਰਸ ਤੇ ਅਕਾਲੀਆਂ ਦੀਆਂ ਹੀ ਬਣੀਆਂ ਹੁਣ ਜੇ ਪੌਣੇ ਪੰਜ ਸਾਲ ਕੈਪਟਨ ਸਾਹਿਬ ਨੇ ਸਾਢੇ ਚਾਰ ਸਾਲ ਰਾਜ ਕਰ ਲਿਆ ਉਹ ਕਹਿੰਦੇ ਉਹਦਾ ਕੋਈ ਹਿਸਾਬ ਨਹੀਂ ਦੇਣਾ ਅਸੀਂ ਤਿੰਨ ਮਹੀਨੇ ਦਾ ਹਿਸਾਬ ਦੇਣਾ ਉਹ ਉਹ ਜਿਹੜੀ ਇਹ ਸਾਰੇ ਮੰਤਰੀ ਸੀ ਸਾਰੀ ਚੋਰਾਂ ਦੀ ਬਰਾਤ ਪਹਿਲਾਂ ਨਾਲ ਲਈ ਫਿਰਦੇ ਸੀ ਇਹੀ ਚੰਨੀ ਸਾਹਿਬ ਵੀ ਮੰਤਰੀ ਸੀ ਇਹੀ ਬਾਜਵਾ ਸਾਹਿਬ ਵੀ ਮੰਤਰੀ ਸੀ ਉਦੋਂ ਇਹ ਕਿੱਥੇ ਗਏ ਸੀਗੇ ਮਤਲਬ ਜੇ ਇਹਨਾਂ ਨੇ ਦਰਸਤੀ ਕਰਨੀ ਹੁੰਦੀ ਤਾਂ ਪਹਿਲਾਂ ਕਰ ਦਿੰਦੇ ਉਹ ਕਹਿੰਦੇ ਕਹਿੰਦੇ ਮੈਂ ਤਾਂ ਹੁਣੇ-ਹੁਣੇ ਆਇਆ ਨਾ ਮੈਂ ਤਾਂ ਹੁਣ ਆਕੇ ਪੈਰ ਧਰਾਵਾ ਕੀਤਾ ਹੈ ਮਾਨਸਾ 'ਚ ਆਉਂਦੇ ਮੈਨੂੰ ਮਾਨਸਾ ਦਾ ਫਿਕਰ ਹੈਗਾ ਇਸ ਕਰਕੇ ਮੈਂ ਮਾਨਸਾ ਦਾ ਵਿਕਾਸ ਕਰੂੰਗਾ ਮਾਨਸਾ ਨੂੰ ਤਰੱਕੀ ਦੀ ਰਾਹ ਦੇ ਉੱਤੇ ਲੈ ਕੇ ਜਾਊਂਗਾ ਨਹੀਂ ਚਲੋ ਵਧੀਆ ਸੋਚ ਹੈ ਚੰਗਾ ਮੁੰਡਾ ਹੈ ਜੇ ਉਹ ਗੱਲ ਕਰ ਰਿਹਾ ਹੈ ਤਾਂ ਹੁਣ ਆਪਦਾ ਪੱਖ ਰੱਖ ਰਿਹਾ ਹਰ ਇੱਕ ਨੂੰ ਹੱਕ ਹੈ ਆਪਣੇ ਪੱਖ ਰੱਖਣ ਦਾ ਪਰ ਮੈਂ ਨਹੀਂ ਸਮਝਦਾ ਸਾਡੀ ਲੜਾਈ ਤਾਂ ਇੱਕ ਭ੍ਰਿਸ਼ਟਾਚਾਰ ਨਾਲ ਹੈ ਸਾਡੀ ਲੜਾਈ ਤਾਂ ਜਿਨ੍ਹਾਂ ਨੇ ਸਾਨੂੰ ਬੇਰਜਗਾਰ ਕੀਤਾ ਨੌਜਵਾਨਾਂ ਨੂੰ ਸਾਡੀ ਤਾਂ ਉਹਨਾਂ ਨਾਲ ਹੈ ਸਾਡੀ ਤਾਂ ਲੜਾਈ ਉਹਨਾਂ ਪੰਜਾਬ ਤੇ ਕਰਜਾ ਚੜਾਤਾ ਸਾਡੀ ਤਾਂ ਲੜਾਈ ਉਹਨਾਂ ਨਾਲ ਹੈ ਜਿਹੜੇ ਸਾਡੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਜਿੱਥੇ ਸਾਡੀ ਜਵਾਨੀ ਬ੍ਰੇਨ ਡレイン ਹੋ ਰਹੀ ਹੈ ਉਹੋ ਜੇ ਮਾਹੌਲ ਪੈਦਾ ਕੀਤੇ ਨੇ ਇਸ ਲਈ ਉਹਦੇ ਵਿੱਚ ਕੋਈ ਸੈਲੀਬ੍ਰਿਟੀ ਆਵੇ ਜਾਂ ਕੋਈ ਵੀ ਆਵੇ ਸਾਨੂੰ ਉਸ ਚੀਜ਼ ਨਾਲ ਨਹੀਂ ਫਰਕ ਪੈਂਦਾ ਅਸੀਂ ਤਾਂ ਆਪਣੇ ਵਿਚਾਰਤਾਰਾ ਆਪਣੀ ਸੋਚ ਉਹ ਪੰਜਾਬ ਨੂੰ ਵਧੀਆ ਬਣਾਉਣ ਲਈ ਸਾਡੇ ਬੱਚਿਆਂ ਦੇ ਸਕੂਲ ਵਧੀਆ ਬਣਾਉਣ ਲਈ ਹਸਪਤਾਲ ਵਧੀਆ ਬਣਾਉਣ ਲਈ ਚੱਲੇ ਹੋਏ ਆ ਇਸ ਲਈ ਉਹ ਚ ਲੋਕਾਂ ਦਾ ਸਾਥ ਮਿਲ ਰਿਹਾ ਹੈ ਕਿਸੇ ਵੀ ਸੈਲੀਬ੍ਰਿਟੀ ਸੀਟ ਦੀ ਅਸੀਂ ਗੱਲ ਕਰਦੇ ਹੈਗੇ ਆ ਤਾਂ ਜਦੋਂ ਸੈਲੀਬ੍ਰਿਟੀ ਨੂੰ ਉਤਾਰਿਆ ਜਾਂਦਾ ਅਕਸਰ ਦੇਖਿਆ ਕਿ ਉਹ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਹੀ ਜਾਂਦਾ ਹੈਗਾ ਇਸ ਤੋਂ ਪਹਿਲਾਂ ਗੁਰਦਾਸਪੁਰ ਦੀ ਅਸੀਂ ਜੇਕਰ ਗੱਲ ਕਰਦੇ ਹੈਗੇ ਆ ਤਾਂ ਸਣੀ ਦੇਵ ਨੂੰ ਉਤਾਰਿਆ ਸੀਗਾ ਹਾਲਾਂਕਿ ਮੁੜ ਕੇ ਕਦੀ ਨਜ਼ਰ ਤਾਂ ਆਏ ਨਹੀਂ ਉਹ ਪਰ ਲੋਕਾਂ ਨੇ ਜ਼ਰੂਰ ਜਿਤਾ ਦਿੱਤਾ ਸੀਗਾ ਸਿੱਧੂ ਦਾ ਜਿਸਟ੍ਰਿਕ ਦਾ ਨਾਮ ਹੈਗਾ ਲੱਗਦਾ ਹੈ ਕਿ ਇਸ ਵਾਰ ਲੋਕ ਸੈਲਬ੍ਰਿਟੀ ਫੇਸ ਦੇ ਵਾਲੇ ਪਾਸੇ ਵੀ ਜਾ ਸਕਦੇ ਹੈਗੇ ਨੇ ਇਹ ਮਾਲਵੇ ਦੀ ਧਰਤੀ ਉਹ ਧਰਤੀ ਹੈ ਜਿੱਥੋਂ ਮਜਾਰਾ ਲਹਿਰ ਉੱਠੀ ਹੈ ਜਿੱਥੋਂ ਸਭ ਤੋਂ ਵੱਧ ਅਗਰ ਕਿਸਾਨੀ ਸੰਘਰਸ਼ 'ਚ ਲੋਕ ਉੱਠੇ ਨੇ ਕੁਰਬਾਨੀਆਂ ਹੋਈਆਂ ਤਾਂ ਇਹ ਮਾਨਸਾਂ ਦੀ ਧਰਤੀ ਬੇਸ਼ੱਕ ਲੋਕ ਕਹਿੰਦੇ ਐ ਕਿ ਬੈਕਵਰਡ ਏਰੀਆ ਪਰ ਜਿੰਨੀ ਵਿਚਾਰਤਾਰਾ ਜਿੰਨੀ ਲੋਕ ਪੜੇ ਲਿਖੇ ਇੱਥੋਂ ਦੇ ਨੇ ਭਾਵੇਂ ਸਾਡੇ ਬੱਚੇ ਤੁਸੀਂ ਯੂਪੀਐਸਸੀ ਦੀ ਗੱਲ ਕਰ ਲਓ ਆਈਆਈਟੀ ਦੀ ਗੱਲ ਕਰ ਲਓ ਮੈਡੀਕਲ ਕੋਰਸਸ ਦੀ ਗੱਲ ਕਰ ਲਓ ਕਿੰਨੀਆਂ ਵੀ ਲੜਾਈਆਂ ਹੋਈਆਂ ਉਹ ਮਤਲਬ ਆਜ਼ਾਦੀ ਦੀ ਗੱਲ ਕਰ ਲਓ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਨੂੰ ਵੱਡਾ ਅੰਦੋਲਨ ਉਹ ਇਹਦੀ ਗੱਲ ਕਰ ਲਓ ਸਾਡੇ ਲੋਕਾਂ ਨੇ ਵੱਧ ਚੜ ਕੇ ਹਿੱਸੇ ਲਿਆ ਇਸ ਲਈ ਅਸੀਂ ਉਹ ਨਹੀਂ ਹੈਗੇ ਤੁਹਾਡੀ ਪਾਰਟੀ ਨੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਇੱਕ ਕਿਸਾਨ ਜਥੇਬੰਦੀਆਂ ਉਤਰੀਆਂ ਹੋਈਆਂ ਸੀ ਉਹਨਾਂ ਨੂੰ ਭੰਡਿਆ ਵੀ ਹੁਣ ਬਹੁਤ ਨਹੀਂ ਜੇ ਉਹ ਗੱਲ ਕਿਸਾਨ ਜਥੇਬੰਦੀਆਂ ਨੇ ਉਹ ਕਿਸਾਨਾਂ ਦਾ ਅੰਦੋਲਨ ਸੀ ਕਿਸੇ ਇੱਕ ਜਥੇਬੰਦੀ ਦਾ ਅੰਦੋਲਨ ਸੀ ਉਹ ਸਾਰੇ ਲੋਕਾਂ ਆ ਸਾਰੇ ਲੋਕ ਗਏ ਅਸੀਂ ਗਏ ਆ ਇਸ ਲਈ ਉਹ ਕੋਈ ਉਸ ਦਾ ਠੇਕੇਦਾਰ ਨਹੀਂ ਸੀਗਾ ਇੱਕ ਕੋਈ ਜਥੇਬੰਦੀ ਅਗਰ ਉਹਨਾਂ ਨੇ ਕੋਈ ਲੀਡ ਕੀਤੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਕਰਕੇ ਸਾਰੇ ਗਏ ਨੇ ਉਹ ਲੋਕਾਂ ਦਾ ਦਰਦ ਸੀ ਉਹ ਲੋਕਾਂ ਨੂੰ ਡਰ ਸੀ ਉਹ ਲੋਕਾਂ ਦਾ ਸੰਘਰਸ਼ ਸੀ ਉਹਦੇ ਚ ਕਿਸਾਨ ਵੀ ਗਏ ਕਿਸਾਨ ਨੇ ਮੋਰੀ ਰੋਲ ਅਦਾ ਕੀਤਾ ਉਹ ਚ ਵਪਾਰੀ ਵੀ ਗਿਆ ਉਹਦੇ ਚ ਮਜ਼ਦੂਰ ਵੀ ਗਿਆ ਅਸੀਂ ਕੋਈ ਭੰਡਿਆ ਨਹੀਂ ਪੰਡਣ ਨਾਲ ਜੇ ਉਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਦੇ ਲੀਡਰ ਕਰਦੇ ਕਹਿੰਦੇ ਜੇ ਅਸੀਂ ਨਹੀਂ ਜਿੱਦੇ ਜਤਨ ਕੇਜਰੀਵਾਲ ਨੂੰ ਵੀ ਨਹੀਂ ਦਿੰਦੇ ਜੇ ਉਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਅਸੀਂ ਤਾਂ ਫੇਰ ਵੀ ਉਸ ਗੱਲ ਤੇ ਕੋਈ ਕਿੰਤੂ ਪ੍ਰੰਤ ਨੂੰ ਕਰਦੇ ਲੇਕਿਨ ਮੈਂ ਤੁਹਾਨੂੰ ਇੱਕ ਦੱਸਣਾ ਚਾਹਣਾ ਜਿਹੜੀ ਗੱਲ ਤੋਂ ਤੁਸੀਂ ਸ਼ੁਰੂ ਕੀਤਾ ਸੀ ਕਿ ਸੈਲੀਬ੍ਰਿਟੀ ਜਿਵੇਂ ਸਨੀ ਦਿਓਲ ਜੀ ਦਾ ਸਭ ਨੂੰ ਪਤਾ ਕਿ 18 ਮਹੀਨੇ ਆਇਆ ਵੀ ਨਹੀਂ ਆਪਣਾ ਵੀ ਨਾਮ ਨਹੀਂ ਕਰਦਾ ਲੋਕ ਬੜੇ ਸਿਆਣੇ ਨੇ ਉਹਨਾਂ ਨੇ ਬਹੁਤ ਦੇਖ ਲਿਆ ਕਿ ਕਿਸ ਤਰ੍ਹਾਂ ਹੁੰਦਾ ਹੈ ਜੋ ਮੈਂ ਜਦੋਂ ਹੁਣ ਗੱਲ ਕਰਕੇ ਆਇਆ ਸਿੱਧੂ ਨਾਲ ਵੀ ਇੰਟਰਵਿਊ ਕਰ ਰਿਹਾ ਸੀ ਉਹਨਾਂ ਨੇ ਮਾਤਾ ਜੀ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਸਿੱਧੂ ਕਿੱਥੇ ਨਹੀਂ ਜਾਂਦਾ ਇੱਥੇ ਹੀ ਰਹੂਗਾ ਮਾਨਸੇ ਦੇ ਵਿੱਚ ਲਊਗਾ ਕਹਿੰਦੇ ਇਹ ਚੀਜ਼ ਲਿਖ ਕੇ ਲੈ ਲਓ ਚਲੋ ਇਹ ਤਾਂ ਤੁਸੀਂ ਉਹਨਾਂ ਤੋਂ ਪੁੱਛੋ ਤੁਸੀਂ ਮੇਰੇ ਬਾਰੇ ਪੁੱਛੋ ਮੈਂ ਤਾਂ ਉਹ ਤਾਂ ਹੁਣ ਰਹੂਗਾ ਨਾ ਰਹੂਗਾ ਮੇਰਾ ਤਾਂ ਸਭ ਨੂੰ ਪਤਾ ਕਿ ਉਰੀ ਰਹਿਣਾ ਮੈਂ ਪਿਛਲੇ 52 ਸਾਲ ਦਾ ਜਿੰਨੇ ਜਦੋਂ ਮੇਰੀ ਉਮਰ ਹੈ ਔਰ ਇੱਥੇ ਰਹਿਣਾ ਇਸ ਲਈ ਮੈਂ ਇਹਨੂੰ ਤਾਂ ਸਫਾਈ ਦੇਣ ਦੀ ਲੋੜ ਨਹੀਂ ਆ ਮੇਰਾ ਇੱਥੇ ਮੇਰਾ ਘਰ ਹੈ ਜਿੱਥੇ ਤੁਸੀਂ ਖੜੇ ਹੋ ਆ ਮੇਰੇ ਸਾਰੇ ਦੋਸਤ ਮਿੱਤਰ ਨੇ ਮੇਰੇ ਭੈਣਾਂ ਖੜੀਆਂ ਨੇ ਰੋਜ਼ ਇੱਥੋਂ ਸਕੂਟਰੀ ਤੇ ਮੈਂ ਲੰਘਦਾ ਮੈਂ ਤਾਂ ਇਹਨਾਂ ਵਰਗਾ ਇਨਸਾਨ ਨਾ ਮੇਰੇ ਕੋਲੇ ਰੇਂਜ ਰੋਵਰਾਂ ਨੇ ਨਾ 5-5 ਗੱਡੀਆਂ ਨੇ ਨਾ ਹੀ ਸਾਨੂੰ ਉਸ ਤਰ੍ਹਾਂ ਦੀ ਲੋੜ ਹੈ ਨਾ ਹੀ ਸਾਡੀਆਂ ਇਆਂ-ਇਆਂ ਗਲੀਆਂ ਨੇ ਇਸ ਲਈ ਉਹ ਉਹਨਾਂ ਨੂੰ ਤਾਂ ਮਤਲਬ ਕਿਸੇ ਦੂਜੇ ਨੂੰ ਤਾਂ ਇਹ ਦੱਸਣਾ ਪਊ ਮੈਂ ਰਹੂੰਗਾ ਜੀ ਮੈਂ ਜਾਣਦਾ ਨਹੀਂ ਸਾਨੂੰ ਤਾਂ ਪਤਾ ਇਹ ਕਹਿਣ ਦੀ ਲੋੜ ਨਹੀਂ ਉਹ ਵੀ ਕਹਿੰਦੇ-ਕਹਿੰਦੇ ਮੈਂ ਵੀ ਆਮ ਆਦਮੀ ਘਰਾਂ ਦੇ ਵਿੱਚ ਉੱਠ ਕੇ ਕਹਿੰਦੇ ਜੇ ਮੈਂ ਇੰਨੀ ਸ਼ੋਹਰਤ ਕਮਾ ਲਈ ਇਹਨਾ ਨਾਮ ਕਮਾਇਆ ਕਹਿੰਦੇ ਗਲਤ ਗੱਲ ਥੋੜੀ ਹੈ ਕਹਿੰਦੇ ਕੋਈ ਆਮ ਆਦਮੀ ਜੇਕਰ ਉੱਪਰ ਉੱਡ ਜਾਵੇ ਤਾਂ ਇਸ 'ਚ ਗਲਤ ਕੀ ਹੈ ਰੇਂਜ ਰੋਵਾਂ 'ਚ ਰੱਖ ਲਿਆ ਤਾਂ ਗਲਤ ਕੀ ਹੈ ਅਸੀਂ ਕਦੋਂ ਕਿਸੇ ਗਲਤ ਅਸੀਂ ਕਦੋਂ ਕਿਸੇ ਵੀ ਉਹਨੂੰ ਕੰਟੈਕਟ ਦੇ ਤਾਂ ਉਹਨਾਂ ਦਾ ਮਸਲਾ ਦੇਖੋ ਇਹ ਕਾਂਗਰਸ ਦਾ ਇਸ਼ੂ ਹੈ ਵੀ ਕਿਹਨੂੰ ਟਿਕਟ ਦੇਣ ਉਹਨਾਂ ਨੇ ਦੇਖਣਾ ਅਸੀਂ ਤਾਂ ਮੇਰੇ 21 ਤੁਸੀਂ ਸਪੀਚ 'ਚ ਕਦੇ ਦੇਖਿਆ ਮੈਂ ਕਿ ਕਦੇ ਕਿਹਾ ਹੋਵੇ ਭਈ ਇਹਨੂੰ ਟਿਕਟ ਕਿਉਂ ਦਿੱਤੀ ਉਹਨਾਂ ਦਾ ਮਸਲਾ ਮੈਂ ਗੱਲ ਕਰ ਰਿਹਾ ਕਿ ਮੇਰਾ ਸਕੂਟੀ ਤੇ ਘੁੰਮਦਾ ਹੋ ਰੇਂਜ ਰੋਵਰ ਤੇ ਘੁੰਮਤੇ ਕੋਈ ਕੁਐਸਚਨ ਪੁੱਛਿਆ ਨਾ ਮੈਂ ਉਹਦਾ ਜਵਾਬ ਦਿੱਤਾ ਹੈ ਮੇਰੀ ਕੋਈ ਸਪੀਚ ਲੋਕਾਂ ਨਾਲ ਜਦੋਂ ਵੀ ਮੈਂ ਅਸੀਂ ਆਦਾਨ ਪ੍ਰਦਾਨ ਕਰਦੇ ਆ ਵਿਚਾਰਾਂ ਦਾ ਮੈਂ ਉਸ ਗੱਲ ਤੇ ਕਦੇ ਉਹਦੇ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਮੈਂ ਨਹੀਂ ਕਰਾਂ ਨਹੀਂ ਮੈਨੂੰ ਲੋੜ ਹੈ ਬਤੌਰ ਇੱਕ ਆਪਣਾ ਕੰਮ ਕਰਨਾ ਹੈ ਅਸੀਂ ਤਾਂ ਇਸ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਬਹੁਤ ਲੰਬੇ ਉਹ ਤਾਂ ਕਹਿੰਦੇ ਐ ਮੈਂ ਕਰੂੰਗਾ ਮੈਂ ਤਾਂ 27 ਸਾਲ ਤੋਂ ਅਸੀਂ ਤਾਂ ਸਮਾਜ ਸੇਵਾ 'ਚ ਅਸੀਂ ਐਨਜੀਓ 'ਚ ਕੰਮ ਕਰ ਰਹੇ ਆ ਅਸੀਂ এনवायरमेंट ਦੇ ਫੀਲਡ 'ਚ ਮੈਂ ਕੰਮ ਕਰ ਰਿਹਾ ਮੈਂ ਮੈਡੀਕਲ ਕੈਂਪ 'ਚ ਅਸੀਂ ਕੰਮ ਕਰ ਰਹੇ ਆ ਅਸੀਂ ਵਸਤਰਮ ਸਾਡੇ ਬਹੁਤ ਬਹੁਤ ਪ੍ਰੋਜੈਕਟ ਅਸੀਂ ਲਾਏ ਨੇ ਸਾਰੇ ਲੋਕਾਂ ਨੂੰ ਪਤਾ ਕੈਂਡੀਡੇਟ ਕਿਵੇਂ ਵੇਖਦੇ ਹੈਗੇ ਸਿੱਧੂ ਨੂੰ ਬਤੌਰ ਕੈਂਡੀਡੇਟ ਕਿਵੇਂ ਵੇਖਦੇ ਹੋ ਔਰ ਉਸ ਤੋਂ ਪਹਿਲਾਂ ਸਿੱਧੂ ਕਿਉਂਕਿ ਜਦੋਂ ਤੁਹਾਡੇ ਮਾਨਸੇ ਤੋਂ ਹੀ ਸਿਗਾ ਤਾਂ ਲੱਗਦਾ ਸੀਗਾ ਕਿ ਨਾਮ ਰੋਸ਼ਨ ਕੀਤਾ ਹੈਗਾ ਉਹਨੇ ਪੂਰਾ ਪੰਜਾਬ ਦਾ ਪੰਜਾਬੀਆਂ ਦਾ ਮੇਰਾ ਤਾਂ ਪ ਮੇਰਾ 7 ਮਹੀਨੇ ਪਹਿਲਾਂ ਮੇਰੇ ਕੋਲੇ ਆ ਕੇ ਗਿਆ ਹਾਂ ਦੇਖੋ ਨੇ ਜਿਹੜੇ ਆਪਣੇ ਫੀਲਡ ਚ ਨਾਮ ਕਮਾਇਆ ਨਾਮ ਰੋਸ਼ਨ ਕੀਤਾ ਉਹ ਵਧੀਆ ਗੱਲ ਹੈ ਅਸੀਂ ਉਸ ਗੱਲ ਨੂੰ ਕੋਈ ਜੇ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਪਰ ਚੰਗਾ ਕੰਮ ਗਾਣਿਆਂ ਚ ਕੀਤਾ ਪਰ ਉਹਨਾਂ ਦੀ ਜਿਹੜੀ ਗਾਣਿਆਂ ਦੀ ਸ਼ਬਦਾਵਲੀ ਹੈ ਜੋ ਉਹ ਉਹਦੇ ਤੋਂ ਪ੍ਰੇਰਨਾ ਮਿਲਦੀ ਹੈ ਬੱਚੇ ਨੂੰ ਉਹ ਕੀ ਮਿਲਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਇਹ ਸਵਾਲ ਪੁੱਛਿਆ ਸੀਗਾ ਉਹ ਕਹਿੰਦੇ ਕਹਿੰਦੇ ਲੋਕ ਸੁਣਦੇ ਹੀ ਇਹੀ ਆ ਤਾਂ ਕਹਿੰਦੇ ਸਾਨੂੰ ਗਾਣੇ ਪੈਂਦੇ ਨੇ ਜੇ ਜੇ ਲੋਕ ਮਤਲਬ ਇੱਥੇ ਕੋਈ ਬੰਦਾ ਮਤਲਬ ਹੁਣੇ ਮੈਂ ਤੁਹਾਡੇ ਮੀਡੀਆ ਦੇ ਸਾਹਮਣੇ ਉਹ ਜਿਹੇ ਗੱਲਾਂ ਕਰਾਂ ਦੇ ਸੁੰਦੇ ਆ ਤਾਂ ਤੁਸੀਂ ਇਸ ਤਰ੍ਹਾਂ ਦੇ ਬਹੁਤ ਸਿੰਗਰ ਨੇ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਕਰਦੇ ਨੇ ਹਨ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਕਰੋ ਲੋਕ ਤਾਂ ਇਹਦਾ ਮਤਲਬ ਤੁਸੀਂ ਲੋਕਾਂ ਦੀ ਜਿਹੜੇ ਉਸ ਨੂੰ ਐਕਸਪਲੋਰ ਕਰਦੇ ਹੋ ਤੁਸੀਂ ਆਪਣੇ ਪੈਸੇ ਲਈ ਐਕਸਪਲੋਰ ਕਰ ਰਹੇ ਹੋ ਮਤਲਬ ਜੇ ਲੋਕੋ ਸੁਣਦੇ ਆ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਵਧੀਆ ਸ਼ਬਦਾਵਲੀ ਵਰਤਾਂਗੇ ਅਸੀਂ ਸਮਾਜ ਨੂੰ ਸੇਧ ਦੇਣ ਵਾਲੇ ਗਾਣੇ ਗਾਵਾਂਗੇ ਘੱਟ ਸੁਣ ਲੈਣਗੇ ਘੱਟ ਟੀਆ ਘੱਟ ਵਿਊਅਰਸ ਹੋ ਜਾਣਗੇ ਘੱਟ ਪੈਸੇ ਮਨ ਜਾਣਗੇ ਫਿਰ ਉਹ ਕਿਉਂ ਨਹੀਂ ਦਿੰਦੇ ਉਹ ਕਹਿੰਦੇ ਮੈਂ ਆਮ ਆਦਮੀ ਆ ਉਹ ਕਹਿੰਦਾ ਲੇਕਿਨ ਲੋਕਾਂ ਦੇ ਬੱਚਿਆਂ ਨੂੰ ਮੈਂ ਹਥਿਆਰ ਚੱਕਣ ਵਾਲੇ ਉਹਨਾਂ ਨੂੰ ਨਸ਼ੇ ਕਰਨ ਵਾਲੇ ਉਹਨਾਂ ਨੂੰ ਲੜਾਈ ਕਰਨ ਵਾਲੇ ਉਹਨਾਂ ਨੂੰ ਗੁੰਡਾਗਰਦੀ ਕਰਨ ਵਾਲੇ ਮੈਂ ਉਹ ਚੀਜ਼ਾਂ ਸਿਖਾਉਣੀਆਂ ਨੇ ਆਪਣੇ ਪੈਸੇ ਵਾਸਤੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਆਮ ਆਦਮੀ ਹੈ ਜੇ ਉਹ ਲੋਕ ਸੁਣਦੇ ਨੇ ਉਹਨਾਂ ਨੂੰ ਹਟਾਉਣਾ ਹੈ ਅਸੀਂ ਤਾਂ ਹਟਾਉਣਾ ਹੈ ਜੇ ਮੈਂ ਕਹਿੰਦਾ ਇੱਥੇ ਲੋਕ ਬੱਚੇ ਨਸ਼ੇ ਕਰਦੇ ਨੇ ਵੀ ਨਸ਼ੇ ਕਰਦੇ ਆ ਨਾ ਨਸ਼ੇ ਵੰਡੇ ਨੇ ਅਸੀਂ ਕਹਿੰਦਾ ਉਹ ਹਟਾਉਣੇ ਆ ਜਿੱਥੇ ਇਲਾਜ ਨਹੀਂ ਹੋ ਰਿਹਾ ਅਸੀਂ ਕਹਿੰਦਾ ਇਲਾਜ ਉਹਨਾਂ ਦਾ ਕਰਾਉਣਾ ਨਹੀਂ ਸੁਣਨ ਦਿੰਦੇ ਇੱਥੇ ਸਿੱਧੂ ਮੂਸੇ ਦਾ ਦੇ ਗੀਤ ਅਸੀਂ ਕਿਉਂ ਰੋਕਾਂਗੇ ਕਿਸੇ ਨੂੰ ਇਹ ਥੋੜਾ ਤੁਸੀਂ ਇਹ ਸਵਾਲ ਇਹ ਕਿਉਂ ਪੁੱਛਦੇ ਹੋ ਤੁਸੀਂ ਇਹ ਪੁੱਛੋਗੇ ਤੁਸੀਂ ਕੀ ਕਰੋਗੇ ਤੁਸੀਂ ਮੇਰੇ ਮੇਰਾ ਸਵਾਲ ਪੁੱਛੋ ਮੈਂ ਸਿੱਧੂ ਮੂਸੇ ਵਾਲਾ ਤਾਂ ਸਾਡੇ ਲਈ ਕੋਈ ਚੀਜ਼ ਹੀ ਨਹੀਂ ਹੈ ਇਸ ਗੱਲ ਦੀ ਕਿ ਸਾਡਾ ਇਹਦਾ ਇਸ਼ੂ ਲੋਕਾਂ ਦਾ ਹੈ ਸਾਡਾ ਤੁਸੀਂ ਉਧਰ ਜਾਓ ਵਾਰਡਾਂ 'ਚ ਦੇਖੋ ਜਾ ਕੇ ਕੀ ਮਾੜਾ ਹਾਲ ਹੈ ਤੁਸੀਂ ਜਾ ਕੇ ਦੇਖੋ ਸਕੂਲਾਂ ਦਾ ਕੀ ਮਾੜਾ ਹਾਲ ਹੈ ਸਾਡਾ ਇਸ਼ੂ ਇਹ ਨਹੀਂ ਹੈਗਾ ਕਿ ਸਿੱਧੂ ਮੂਸੇ ਵਾਲਾ ਖੜਾ ਹੋਇਆ ਜਾਂ ਨਵਜੋਤ ਸਿੱਧੂ ਖੜਾ ਹੋਇਆ ਜਾਂ ਚੰਨੀ ਖੜਾ ਹੋਇਆ ਸਾਡਾ ਇਸ਼ੂ ਤਾਂ ਇਹ ਹੈ ਕਿ ਪੰਜਾਬ ਕਿੱਧਰ ਜਾ ਰਿਹਾ ਹੈ ਸਾਡਾ ਇਸ਼ੂ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਪੜ੍ਹਾਈ ਦੇ ਸਕਦੇ ਹਾਂ ਕਿਵੇਂ ਨੌਜਵਾਨਾਂ ਨੂੰ ਰੋਕ ਸਕਦੇ ਹਾਂ ਇਸ ਲਈ ਅਸੀਂ ਤਾਂ ਇਹ ਕਹਿੰਨੇ ਆ ਜੇ ਮਤਲਬ ਆਪਾਂ ਕੋਈ ਵਧੀਆ ਕਰ ਸਕਦੇ ਆ ਪੰਜਾਬ ਲਈ ਅੱਜ ਪੰਜਾਬ ਤੜਫ ਰਿਹਾ ਹੈ ਅੱਜ ਸਾਡਾ ਬ੍ਰੇਨ ਡਰੇਨ ਹੋ ਰਿਹਾ ਔਰ ਪੰਜਾਬ ਦੇ ਬੱਚਾ ਬੱਚਾ ਨੌਜਵਾਨ ਬਜ਼ੁਰਗ ਜਿੱਥੇ ਜਾਣਿਆ ਕਰਲਾ ਰਿਹਾ ਕਹਿੰਦੇ ਐਤਕੀ ਅਸੀਂ ਬਦਲ ਨਹੀਂ ਬਦਲਣਾ ਇੱਕ ਵਾਰੀ ਮੌਕਾ ਦੇਣਾ ਔਰ ਜਿਸ ਤਰ੍ਹਾਂ ਨਾਲ ਲੋਕ ਉੱਠੇ ਹੋਏ ਨੇ ਮੈਨੂੰ ਲੱਗਦਾ ਨਹੀਂ ਇਹ ਇਹਦੇ 'ਚ ਕੋਈ ਸ਼ੱਕ ਦੀ ਗੁੰਜਾਇਸ਼ ਹੈ 7 ਮਹੀਨੇ ਪਹਿਲਾਂ ਕੀ ਇਲਾਜ ਕਰਾਉਣ ਵਾਸਤੇ ਆਏ ਸੀ ਜਿਹੜਾ ਡਾਕਟਰ ਨੇ 7 ਮਹੀਨੇ ਪਹਿਲਾਂ ਇਲਾਜ ਕੀਤਾ ਹੁਣ ਉਹ ਚੋਣਾ ਦੇ ਵਿੱਚ ਜਿਹੜਾ ਹੈਗਾ ਉਹ ਉਤਰਿਆ ਹੋਇਆ ਸਾਹਮਣੇ ਨਹੀਂ ਨਹੀਂ ਕੋਈ ਗੱਲ ਨਹੀਂ ਬੱਚਾ ਕੋਈ ਐਸੀ ਗੱਲ ਨਹੀਂ ਮੇਰੀਆ ਵੈਸਟ ਵਿਸ਼ਸ ਆ ਕਿਸ 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 ਚੀਜ਼ ਦੀ ਪ੍ਰੈਕਟਿਸ ਕਰਦੇ ਹੋ ਸਰ ਜਨਾ ਉਹ ਥੋੜਾ ਟ੍ਰੀਟਮੈਂਟ ਲਈ ਆਏ ਸੀ ਉਹ ਮੈਨੂੰ ਰਾਦਰ ਕਹਿ ਕੇ ਹੀ ਗਿਆ ਸੀ ਵੀ ਅੰਕਲ ਮੈਂ ਤੁਹਾਡੇ ਲਈ ਰੋਡ ਸ਼ੋਅ ਕਰੂੰਗਾ ਉਹ ਮੈਨੂੰ ਕਈ ਦਿਨ ਪਹਿਲਾਂ ਮਿਲਿਆ ਵੀ ਸੀ ਉਹ ਮ ਤੂੰ ਰੋਡ ਸ਼ੋਅ ਵੀ ਨਹੀਂ ਕੀਤਾ ਮੈਂ ਤੇ ਇਥੋਂ ਪੈਸੇ ਵੀ ਨਹੀਂ ਲਏ ਹੈ ਉਹ ਕਹਿੰਦਾ ਮੈਨੂੰ ਪਤਾ ਸੀ ਜੇ ਉਹ ਅੰਕਲ ਮਿਲਣਗੇ ਵੀ ਜ਼ਿਆਦਾ ਪੈਸੇ ਦੇ ਜਾਂ ਰੋਡ ਸ਼ੋਅ ਕਰ ਮੈਂ ਕਿਹਾ ਯਾਰ ਪੈਸੇ ਹੀ ਦੇ ਜਾ ਹੁਣ ਰੋਡ ਸ਼ੋਅ ਤਾਂ ਕੀ ਕਰਨ ਇਸ ਲਈ ਕੋਈ ਵੈਸਟ ਵਿਸ਼ਸ ਨਹੀਂ ਮੇਰੀਆਂ ਉਹ ਗੱਲ ਉਹ ਤੁਸੀਂ ਫੀਸ ਨਹੀਂ ਲੱਤੀ ਸੀਗੀ ਉਹ ਮੇਰੀ ਵੈਸੀ ਨੇਚਰ ਹੈ ਮੇਰੇ ਬਹੁਤ ਸਾਰੇ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਕੋਈ ਗੱਲ ਨਹੀਂ ਉਹ ਆਪਣੇ ਉਹਨਾਂ ਦੇ ਮਾਤਾ ਜੀ ਬਹੁਤ ਦੇਰ ਤੋਂ ਮੇਰੇ ਕੋਲ ਆਉਂਦੇ ਆ ਆਪਣੇ ਪਰਿਵਾਰਕ ਰਿਲੇਸ਼ਨ ਉਹ ਪੋਲੀਟੀਕਲ ਗੱਲਾਂ ਅਲੱਗ ਹੁੰਦੀਆਂ ਨੇ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਨੌਜਵਾਨ ਮੁੰਡਾ ਸਾਡੀਆਂ ਵੈਸਟ ਵਿਸ਼ਸ ਉਹਦੇ ਨਾਲ ਵੀ ਹੈਗੀਆਂ ਨੇ ਔਰ ਮ ਬਚਾਉਣਾ ਹੈ ਸਾਡੇ ਆ ਗਵਾਹ ਹੈ ਤੁਸੀਂ ਦੇਖ ਰਹੇ ਹੋ ਸਾਰੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਪੰਜਾਬ ਮਾਡਲ ਦੀ ਗੱਲ ਕਰਦੇ ਨੇ ਕਹਿੰਦੇ ਇਹ ਕਹਿੰਦੇ ਦਿੱਲੀ ਮਾਡਲ ਕਹਿੰਦੇ ਫੇਲ ਹੈ ਪੰਜਾਬ ਮਾਡਲ ਸਾਹਮਣੇ ਜੇ ਜੇ ਪੰਜਾਬ ਦਿੱਲੀ ਮਾਡਲ ਫੇਲ ਹੈ ਤਾਂ ਲੋਕ ਤੀਜੀ ਵਾਰ ਐਵੇਂ ਚੁਣ ਲਿਆ ਲੋਕਾਂ ਨੇ 17 ਚੋਂ 67 ਤੇ 62 ਸੀਟਾਂ ਐਵੇਂ ਆ ਗਈਆਂ ਤਾਂ ਉਹ ਚੰਡੀਗੜ੍ਹ ਦੇ ਸਭ ਤੋਂ ਵੱਧ ਪੜੇ ਲਿਖੇ ਲੋਕ ਪਹਿਲਾਂ ਦਿੱਲੀ ਦੇ ਪੜੇ ਲਿਖ ਲੋਕਾਂ ਨੂੰ ਐਵੇਂ ਚੁੰਡੇ ਡੈਮੋਕ੍ਰੇਸੀ ਸਭ ਤੋਂ ਡੈਮੋਕ੍ਰੇਸੀ ਦਾ ਮਤਲਬ ਕੀ ਹੈ ਲੋਕਤੰਤਰ ਲੋਕਤੰਤਰ ਦਾ ਮਤਲਬ ਲੋਕਾਂ ਦਾ ਲੋਕਾਂ ਦੇ ਥਿਊਜ਼ ਇਹ ਲੋਕਾਂ ਨੇ ਦੇਖਣਾ ਹੈ ਕਿ ਕੌਣ ਵਧੀਆ ਹੈ ਕੌਣ ਨਹੀਂ ਵਧੀਆ ਔਰ ਕਿਸ ਤੇ ਵਿਸ਼ਵਾਸ ਕਰਦੇ ਆ ਕਿਹਨੇ ਕੀ ਕੀਤਾ ਇਹ ਲੋਕ ਬੜੇ ਸਿਆਣੇ ਆ ਇੰਟਰਨੈਟ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਸ ਲਈ ਲੋਕਾਂ ਨੂੰ ਪਤਾ ਇਹ ਪੁਰਾਣਾ ਜ਼ਮਾਨਾ ਤਾਂ ਹੈ ਨਹੀਂ ਕਿ ਆਪਾਂ ਕੋਈ ਵੀ ਝੂਠ ਸੁਫਾਨ ਬੋਲੀਏ ਇੱਕ ਇੱਕ ਚੀਜ਼ ਦਾ ਲੋਕਾਂ ਨੂੰ ਹਿਸਾਬ ਹੈ ਆਬ ਲੈਣਗੇ ਉਹ ਲੈ ਰਹੇ ਨੇ ਭਗਵੰਤ ਮਾਨ ਦੇ ਨਾਲ ਆਉਣ ਦੇ ਨਾਲ ਕਿੰਨਾ ਫਰਕ ਇਧਰਲੀ ਸਾਈਡ ਪਿਆ ਹੈਗਾ ਇਹ ਮਾਲਵੇ ਦੀ ਗੱਲ ਕਰੀਏ ਤਾਂ ਕਿੰਨਾ ਤੁਹਾਨੂੰ ਲੱਗਦਾ ਹੈਗਾ ਭਗਵੰਤ ਮਾਨ ਦੇ ਅਨਾਉਂਸਮੈਂਟ ਤੋਂ ਬਾਅਦ ਤੁਹਾਨੂੰ ਨਜ਼ਰ ਆਇਆ ਨੂੰ ਮੈਂ ਪਹਿਲਾਂ ਵੀ ਪਾਰਟੀ ਬਹੁਤ ਅੱਛੀ ਸੀ ਭਗਵੰਤ ਮਾਨ ਜੀ ਸਾਡੇ ਮਾਨਯੋਗ ਪ੍ਰਧਾਨ ਜੀ ਨੇ ਔਰ ਜੋ ਮਿਹਨਤ ਉਹਨਾਂ ਨੇ ਪੰਜਾਬ ਲਈ ਕੀਤੀ ਹੈ ਉਹ ਕਾਬਲੇ ਤਰੀਫ ਹੈ ਔਰ ਹੋਰ ਕੋਈ ਇੰਨਾ ਹਰਮਨ ਪਿਆਰਾ ਸਾਡਾ ਹਾਲਾਂਕਿ ਸਾਰੇ ਲੀਡਰ ਬੜੇ ਵਧੀਆ ਨੇ ਪਰ ਜੋ ਭਗਵੰਤ ਮਾਨ ਜੀ ਨੇ ਜੋ ਮੁੱਦੇ ਪਾਰਲੀਮੈਂਟ ਚ ਚੱਕਿਆ ਲੋਕਾਂ ਲਈ ਚੁੱਕਿਆ ਜੋ ਉਹਨਾਂ ਨੇ ਮੁੱਦੇ ਪੰਜਾਬ ਲਈ ਚੱਕਿਆ ਜੋ ਸਾਡੇ ਨੌਜਵਾਨਾਂ ਲਈ ਚੁੱਕਿਆ ਭਾਵੇਂ ਉਹ ਬਾਹਰ ਫਸੇ ਸਾਡੇ ਨੌਜਵਾਨ ਹੋਣ ਭਾਵੇਂ ਕੁੜੀਆਂ ਹੋਣ ਭਾਵੇਂ ਖੇਤੀ ਦੇ ਜਿਹੜੇ ਕਾਲੇ ਕਾਨੂੰਨ ਸੀ ਆਰਡੀਨੈਂਸ ਜਦੋਂ ਲੈ ਕੇ ਆਏ ਸੀ ਪਹਿਲਾਂ ਕਾਨੂੰਨ ਬਣਾਉਣ ਲਈ ਉਹਨਾਂ ਖਿਲਾਫ ਜੋ ਉਹਨਾਂ ਨੇ ਮੁੱਦੇ ਚੱਕਿਆ ਉਹ ਸਾਰੇ ਪੰਜਾਬ ਦੇ ਇੱਕ ਇੱਕ ਬੱਚੇ ਨੂੰ ਪਤਾ ਹੈ ਜੋ ਉਹਨਾਂ ਦੀ ਇਮਾਨਦਾਰੀ ਹੈ ਉਹ ਤੇ ਕਿਸੇ ਨੂੰ 1% ਕੋਈ ਸ਼ੱਕ ਦੀ ਗੁੰਜਾਇਸ ਨਹੀਂ ਇਸ ਲਈ ਵਿਰੋਧੀ ਇਹ ਗੱਲ ਕਹਿ ਰਹੇ ਨੇ ਕਹਿੰਦੇ ਭਾਵੇਂ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨ ਦਿੱਤਾ ਪਰ ਕਹਿੰਦੇ ਰਿਮੋਟ ਅਜੇ ਵੀ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿੱਚ ਹੈ ਕੰਟਰੋਲ ਅਜੇ ਵੀ ਉਹੀ ਕਰ ਰਹੇ ਨੇ ਬਿਆਨਬਾਜ਼ੀਆਂ ਹੋਣ ਪ੍ਰੈਸ ਕਾਨਫਰੰਸਾਂ ਹੋਰ ਹਰ ਚੀਜ਼ ਦੇ ਵਿੱਚ ਕਹਿੰਦੇ ਇਨਵੋਲਵਮੈਂਟ ਕੇਜਰੀਵਾਲ ਦੀ ਹੈ ਭਗਵੰਤ ਨੂੰ ਵੀ ਕਹਿੰਦੇ ਜੇਕਰ ਸੀਐਮ ਅਨਾਉਂਸ ਕਰ ਦਿੱਤਾ ਤਾਂ ਖੁੱਲਾ ਖੇਡਣ ਦਿਓ ਉਹਨਾਂ ਨੂੰ ਦੇਖੋ ਇਹ ਤਾਂ ਹਰ ਇੱਕ ਦਾ ਆਪਣਾ ਤਰੀਕਾ ਹੈ ਕੰਮ ਕਰਨ ਦਾ ਜੀ ਉਹ ਆਪਣੇ ਬਾਰੇ ਫਿਕਰ ਕਰਨ ਸਾਡੇ ਬਾਰੇ ਕਿਉਂ ਫਿਕਰ ਕਰਦੇ ਆ ਉਹ ਆਪਣੀ ਪਾਰਟੀ ਨੂੰ ਦਰੁਸਤ ਕਰਨਾ ਕਾਂਗਰਸ ਵਾਲੇ ਦੇਖਣ ਕਿ ਸਿੱਧੂ ਸਾਹਿਬ ਕੀ ਕਹਿੰਦੇ ਨੇ ਚੰਨੀ ਸਾਹਿਬ ਕੀ ਕਹਿੰਦੇ ਨੇ ਦੇਖੋ ਬਾਦਲ ਸਾਹਿਬ ਦਾ ਤਾਂ ਮੈਂ ਗੱਲ ਹੀ ਕੀ ਕਰਾਂ ਹਨਾ ਉਹਨਾਂ ਨੇ ਕਿਸੇ ਨੇ ਅਨਾਉਂਸ ਵੀ ਨਹੀਂ ਕੀਤਾ ਉਹ ਸਾਰਿਆਂ ਦੀ ਜੀਜੇ ਸਾਲਿਆਂ ਦੀ ਆਪਦੀ ਹੀ ਲੜਾਈ ਹੈ ਇਹ ਸੀ ਸਾਨੂੰ ਪਤਾ ਹੈ ਪਾਰਟੀ ਅਸੀਂ ਕਿਵੇਂ ਚਲਾਉਣੀ ਆਮ ਆਦਮੀ ਪਾਰਟੀ ਕਿਵੇਂ ਚਲਾਉਣੀ ਹੈ ਉਹਨੇ ਅਨਾਉਂਸ ਵੀ ਕਰਤਾ ਇਹ ਪਹਿਲਾਂ ਤਾਂ ਇਹ ਕਹਿੰਦੇ ਸੀ ਅਨਾਉਂਸ ਹੀ ਨਹੀਂ ਕਰਦੇ ਜੀ ਮੁੱਖ ਮੰਤਰੀ ਦਿੱਲੀ ਤੋਂ ਬਣੂਗਾ ਉਹਨੇ ਕਰਤਾ ਤਾਂ ਇਸ ਗੱਲ ਤੇ ਮਾਨ ਨਹੀਂ ਹੈਗੀ ਹੋਰ ਕੀ ਕਾਂਗਰਸ ਦੇ ਜਿਹੜੀਆਂ ਟਿਕਟਾਂ ਨੇ ਕਿ ਉਹ ਇੱਥੇ ਅਤਲੇ ਬੈਠ ਕੇ ਬਣੀਆਂ ਜਾਂਦੀਆਂ ਨੇ ਜਾਂ ਭਿੱਖੀ ਬਣੀਆਂ ਜਾਂਦੀਆਂ ਸਾਰੇ ਜਾਣੇ 10 ਜਨਪਦ ਕਿਉਂ ਜਾਂਦੇ ਆ ਪਾਰਟੀ ਦਾ ਕਲਚਰ ਉਸ ਤਰ੍ਹਾਂ ਦਾ ਹੈ ਨਹੀਂ ਸਾਡਾ ਤਾਂ ਸਾਰਾ ਇੱਥੋਂ ਹੀ ਹੁੰਦਾ ਦੇਖੋ ਹਾਈ ਕਮਾਂਡ ਤਾਂ ਹੁੰਦੀ ਹੀ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਤਾਂ ਹੁੰਦੇ ਹੀ ਨੇ ਉਹਦੀ ਗਾਈਡੈਂਸ ਤਾਂ ਹੁੰਦੀ ਹੀ ਹੈ ਜਲਦੀ ਤਾਂ ਤੁਹਾਡੀ ਪਾਰਟੀ ਵੀ ਵੈਸੇ ਦਿੱਲੀ ਤੋਂ ਹੀ ਆਵੇ ਗਾਈਡੈਂਸ ਤਾਂ ਹੁੰਦੀ ਹੈ ਨੈਸ਼ਨਲ ਪਾਰਟੀ ਹੈ ਨੈਸ਼ਨਲ ਪਾਰਟੀ ਉੱਥੋਂ ਹੀ ਚੱਲੂਗੀ ਹਾਂਜੀ ਕੋਈ ਰੀਜਨਲ ਪਾਰਟੀ ਆ ਉੱਥੋਂ ਚੱਲੂਗੀ ਇਹਦੇ 'ਚ ਤਾਂ ਮੈਨੂੰ ਲੱਗਦਾ ਨਹੀਂ ਕੋਈ ਕੋਈ ਗਲਤ ਗੱਲ ਹੈ ਅਕੀਰ ਦੇ ਵਿੱਚ ਸਦੂ ਦੁਬਾਰਾ ਟ੍ਰੀਟਮੈਂਟ ਕਰਵਾਉਣਾ ਹੁੰਦੇ ਨੇ ਤਾਂ ਫੀਸ ਲਵਾਂਗੇ ਇਸ ਵਾਰ ਫਿਰ ਮੈਂ ਤਾਂ ਹੁਣ ਆਪ ਹੀ ਕਲੀਨਿਕ ਤੇ ਨਹੀਂ ਜਾਂਦਾ ਨਹੀਂ ਆਪ ਹੀ ਆਪ ਹੀ ਇੱਧਰ ਮੇਰਦਾ ਉਹ ਬਹੁਤ ਧੰਨਵਾਦ ਡਾਕਟਰ ਸਾਹਿਬ ਗੱਲਬਾਤ ਲਈ ਤਾਂ ਡਾਕਟਰ ਵਿਜੇ ਸਿੰਘਲਾ ਮੈਦਾਨ ਦੇ ਵਿੱਚ ਨੇ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਕਹਿੰਦੇ ਨੇ ਕਿ ਪੰਜਾਬ ਮਾਡਲ ਅਸੀਂ ਆਪਣਾ ਲਾਗੂ ਕਰਨਾ ਹੈ ਦਿੱਲੀ ਮਾਡਲ ਨਹੀਂ ਲਾਗੂ ਕਰਨਾ ਤਾਂ ਉਹ ਕਹਿੰਦੇ ਨੇ ਦਿੱਲੀ ਦੇ ਵਿੱਚ ਕਰਕੇ ਦਿਖਾਇਆ ਔਰ ਸਿੱਧੂ ਮੂਸੇਵਾਲਾ ਦੇ ਖਿਲਾਫ ਇਸ ਵੇਲੇ ਮੈਦਾਨ ਦੇ ਵਿੱਚ ਨੇ ਤਾਂ ਦੇਖਣਾ ਹੋਊਗਾ ਇਸ ਵਾਰ ਮਾਨਸਾ ਦੇ ਲੋਕ ਕਿਹਨੂੰ ਚੁਣਦੇ ਨੇ ਡਾਕਟਰ ਸਾਹਿਬ ਕਹਿੰਦੇ ਮੈਂ ਤਾਂ ਇਲਾਜ ਵੀ ਕੀਤਾ ਸੀ ਸਿੱਧੂ ਦਾ ਉਹਨੂੰ ਕਿਹਾ ਸੀ ਕਿ ਮੈਂ ਕੈਂਪੇਨ ਦੇ ਉੱਤੇ ਕਰਾਉਣੀ ਹੈ ਪਰ ਹੁਣ ਸਿੱਧੂ ਹੀ ਮੈਦਾਨ ਮਾਨਸਾ ਵਾਸੀ ਕਿਸ ਦੇ ਉੱਤੇ ਭਰੋਸਾ ਜਤਾਉਂਦੇ ਨੇ ਕੈਮਰਾਮੈਨ ਅਸ਼ੋਕ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ ਮਾਨਸਾ